ਤੁਸੀਂ ਬੜਾ ਚੰਗੀ ਤਰ੍ਹਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਕੈਪਟਨ ਮਹਾਰਾਜਾ ਰਮਿੰਦਰ ਸਿੰਘ ਦੀ ਸਰਕਾਰ ਆ, ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ। ਉਹਨੇ ਕਰਜ਼ਾ ਮਤਲਬ ਕਹਿ ਲਓ ਪ੍ਰੋਪਰਟੀ ਦੇ ਉੱਤੇ ਕਿ ਦੂਜੇ ਕੀ ਕਈ 2.5 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਿਰ ਛਾੜ ਦਿੱਤਾ ਆ। ਹਾਲਾਤ ਇਹ ਸੀਗੀ ਵੀ ਪਹਿਲਾਂ ਤਾਂ ਜਿਹੜੇ ਸਾਡੇ ਇੰਪਲਾਈ ਆ ਕਰਤਾ ਧਰਤਾ ਆ ਉਹਨਾਂ ਨੂੰ ਤਨਖਾਹ ਦੇਣ ਦੇ ਲਈ ਵੀ ਪ੍ਰੋਬਲਮ ਸੀ। ਹੁਣ ਕੈਪਟਨ ਸਾਹਿਬ ਦੀ ਬੜੀ ਹਿੰਮਤ ਦੇ ਨਾਲ ਬਹੁਤ ਵਧੀਆ ਇਸ ਵੇਲੇ ਹਾਲਾਤ ਚੱਲ ਰਹੇ ਆ। ਇਲੈਕਸ਼ਨਾਂ ਕਰਕੇ ਜਿਹੜਾ ਸਾਡਾ ਫਾਈਨੈਂਸ ਮਿਨਿਸਟਰ ਆ ਉਹਨੇ ਕਿਹਾ ਭਾਈ ਹੁਣ ਇਲੈਕਸ਼ਨਾਂ ਦਾ ਸਮਾਂ ਆ, ਕਹਿਣਾ ਲਓ ਜੀ ਇਲੈਕਸ਼ਨਾਂ ਕਰਕੇ ਪੈਸੇ ਦੇ ਦਿੱਤੇ ਆ। ਬਹੁਤ ਸਾਰੇ ਪੈਸੇ ਪੰਜਾਬ ਸਰਕਾਰ ਦੇ ਕੋਲ ਜਮ੍ਹਾਂ ਪਏ ਆ ਜਿਹੜੇ ਕਿ ਇਲੈਕਸ਼ਨਾਂ ਤੋਂ ਬਾਅਦ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਉਹ ਸਾਰੇ ਦਿੱਤੇ ਜਾਣਗੇ। ਕੋਈ ਐਸੀ ਕੋਈ ਪ੍ਰੋਬਲਮ ਨਹੀਂ। ਧੱਕਾਸ਼ਾਹੀ ਦਾ ਆਰੋਪ ਲਗਾ ਰਹੇ ਵੀ ਧੱਕਾਸ਼ਾਹੀ ਬਹੁਤ ਕਰ ਰਹੀ ਦੀ ਗੱਲ, ਇੱਥੇ ਤਾਂ ਸਵਾਲ ਹੀ ਕੋਈ ਨਹੀਂ ਹੁੰਦਾ ਕਿਸੇ ਦੇ ਕਾਗਜ਼ ਨੇ ਰਿਜੈਕਟ ਹੋਏ, ਕਿਸੇ ਨੇ ਕੋਈ ਓਬਜੈਕਸ਼ਨ ਨਹੀਂ ਕੀਤਾ। ਅਸੀਂ ਤਾਂ ਕਹਿੰਦੇ ਸਿੱਧੇ ਮੈਦਾਨ ਦੇ ਵਿੱਚ ਇਲੈਕਸ਼ਨ ਲੜਨੀ ਚਾਹੁੰਦੇ ਹਾਂ ਔਰ ਬਹੁਤ ਵੱਡੀ ਮੈਜੋਰਟੀ ਦੇ ਨਾਲ ਜਿੱਤਾਂਗੇ। ਤੁਹਾਨੂੰ ਪਤਾ ਲੱਗ ਜੂਗਾ 20 ਤਰੀਕ ਨੂੰ। ਓਪੋਜੀਸ਼ਨ ਤਾਂ ਇਹ ਕਹਿੰਦੀ ਹੈ ਕਿ ਆਖਰੀ ਸਵਾਲ ਸੁਣਦਾ ਗਾ ਵੀ ਇੱਕ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਔਰ ਉਸ ਵਾਅਦੇ ਦੇ ਨਾਲ ਲੋਕਾਂ ਨੇ ਸਰਕਾਰ ਵੀ ਲਿਆਂਦੀ ਹੈ ਔਰ ਅੱਜ ਉਹ ਯੁਵਾ ਇੱਕ ਨੌਕਰੀ ਦਾ ਔਰ ਇੱਕ ਮੋਬਾਈਲ ਫੋਨ, ਉਹ ਅੱਜ ਵੀ ਇੱਕ ਬਿਆਨ ਚੱਲ ਰਿਹਾ ਸੀ ਟੀਵੀ 'ਤੇ ਵੀ, ਉਹ ਕਦੋਂ ਤੱਕ ਸ਼ਾਇਦ ਮੋਬਾਈਲ ਫੋਨ ਤਾਂ ਸਾਰਿਆਂ ਕੋਲ ਹੀ ਹੈ, ਹੈ ਸਰਕਾਰ ਨੇ ਵਾਅਦਾ ਕੀਤਾ ਸੀ ਵਾਅਦਾ ਦਾ ਤਾਂ ਹੁਣ ਜੇ ਅੱਗੇ ਕੋਈ ਨਾ ਹੋਣ ਉਹਨਾਂ ਕੋਲ ਦੋ ਦੋ ਚਾਰ ਚਾਰ ਰੰਗੇ ਹੀ ਹੈਗੇ ਆ। ਨਹੀਂ ਸਰ, ਮਨ ਉਹ ਆ ਜੋ ਵਾਅਦਾ ਕੀਤਾ ਆ ਉਹ ਤਾਂ ਪੂਰਾ ਉਤਰੇ ਆ। ਕਰਜ਼ਾ ਕਿਹਾ ਸੀਗਾ ਮਾਫ, ਜਿਹੜਾ 2 ਏਕੜ ਤੋਂ ਦੂਜਾ ਘੱਟ ਹੈਗੇ ਆ ਉਹਨਾਂ ਦੇ ਕਿੰਨੇ ਕਰ ਦਿੱਤੇ, ਹੁਣ ਮੈਨੂੰ ਪੂਰੀ ਗਿਣਤੀ ਨਹੀਂ ਹੈਗਾ ਕਿੰਨਾ ਕਰ ਚੁੱਕੇ ਆ। ਉਹਨਾਂ ਦਾ ਹਿਸਾਬ ਕਿਤਾਬ ਵੀ ਸਾਂਭਿਆ ਹੈਗਾ ਅਤੇ 1.5 ਸਾਲ ਹੀ ਹੋਇਆ, ਹਾਲੇ 3.5 ਸਾਲ ਪਏ ਆ, ਸਭ ਕੁਝ ਦਿੱਤਾ ਜਾਊਗਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਨੂੰ ਪਤਾ ਹੀ ਕਿ ਪੰਜਾਬ ਦੇ ਵਿੱਚ ਜਿਹੜਾ ਪੰਚਾਇਤੀ ਇਲੈਕਸ਼ਨ ਸ਼ੁਰੂ ਹੋ ਚੁੱਕੀ ਹੈ, ਕਿਉਂਕਿ ਅਸਲ ਵਿੱਚ ਜਿਹੜਾ ਪੰਚਾਇਤ ਹੁੰਦੀ ਉਹ ਲੋਕਲ ਸਰਕਾਰ ਹੁੰਦੀ ਹੈ ਲੋਕਲ ਲੋਕਾਂ ਦੀ, ਕਿਉਂਕਿ ਇਹਦੇ ਵਿੱਚ ਜਿਹੜਾ ਸਹੀ ਜਿਹੜਾ ਤੁਹਾਨੂੰ ਇਨਸਾਫ ਮਿਲ ਸਕਦਾ ਹੈ। ਪੰਚਾਇਤ ਸਭ ਤੋਂ ਵੱਡਾ, ਮੈਂ ਕਹਿੰਦਾ ਕਿ ਤੁਹਾਡਾ ਰਾਜਾ ਸਰਪੰਚ ਜਿਹੜਾ ਵੱਡਾ ਇਨਸਾਫ ਦੇ ਸਕਦਾ ਉਹਦੇ ਨਾਲ ਜਿਹੜੇ ਪੰਚ ਹੈ, ਕਿਉਂਕਿ ਥਾਣੇਦਾਰ ਬਹੁਤਾ ਸਿਆਣਾ ਨਹੀਂ ਹੁੰਦਾ, ਕਿਉਂਕਿ ਉਹ ਤਾਂ ਜਿਹੜੀ ਪਾਰਟੀ ਦਾ ਰਾਜ ਉਹ ਦਬਾਅ ਹੇਠਾਂ ਦੇ ਕਈ ਵਾਰੀ ਕੁਛ ਗਲਤ ਵੀ ਕਰਦਾ। ਪਰ ਜਿਹੜਾ ਪੰਚਾਇਤ ਚੁਣੀ ਹੁੰਦੀ ਆ ਸਰਪੰਚ, ਪੰਚ ਚੁਣੇ ਹੁੰਦੇ ਨਾ, ਉਹ ਜਿਹੜਾ ਉਹ ਵੱਧ ਚੰਗਾ ਇਨਸਾਫ ਦੇ ਸਕਦੇ, ਕਿਉਂਕਿ ਉਹਨੂੰ ਪਿੰਡ ਦੇ ਸਾਰਾ ਪਤਾ ਹੁੰਦਾ ਕਿ ਪਰਿਵਾਰ ਕਿਵੇਂ ਵਿਚਰ ਰਹੇ ਆ, ਕਿਵੇਂ ਇਸ ਗੱਲ ਨੂੰ ਨਿਬੇੜਿਆ ਜਾ ਸਕਦਾ। ਸੋ ਪੰਚਾਇਤਾਂ ਜ਼ਰੂਰ ਆਪਾਂ ਚੰਗੀਆਂ ਬਣਾਈਏ, ਕਿਉਂਕਿ ਅਗਰ ਪੰਚ ਸਰਪੰਚ ਚੰਗੇ ਸਿਆਣੇ ਬਣ ਜਾਂਦੇ ਆ ਉਹਦੇ ਨਾਲ ਜਿਹੜਾ ਵਿਕਾਸ ਨੈਚੁਰਲੀ ਵੱਧ ਹੋਊਗਾ, ਤੁਹਾਨੂੰ ਵੀ ਪਤਾ। ਜੇ ਹੁਣ ਉਸ ਉੱਦਾਂ ਦੇ ਆਪਾਂ ਸਰਪੰਚ ਪੰਚ ਬਣਾ ਦਈਏ ਜਿਹਨੂੰ ਸਿਸਟਮ ਦਾ ਨਹੀਂ ਪਤਾ, ਕਾਨੂੰਨ ਦਾ ਨਹੀਂ ਪਤਾ, ਉਹ ਕੀ ਕਰੇਗਾ ਯਾਰ। ਅੱਜ ਕੱਲ੍ਹ ਇੱਕ ਨਵਾਂ ਟ੍ਰੈਂਡ ਚੱਲ ਗਿਆ ਕਿ ਛੋਟੀ ਜਿਹੀ ਗੱਲ ਹੁੰਦੀ ਹੈ ਕਿ ਤੂੰ ਥਾਣੇ ਚਲੇ ਜਾ ਫਿਰ ਅਸੀਂ ਆਵਾਂਗੇ 4 ਬੰਦੇ ਲੈ ਕੇ, ਉਹ ਸਿਰਫ ਲੋਕਾਂ ਨੂੰ ਡਰਾਉਣ ਲਈ ਹੈ। ਮੈਨੂੰ ਇਹ ਦੱਸੋ 2-2 ਹਜ਼ਾਰ ਰੁਪਇਆ ਦੋਨਾਂ ਬੰਦਿਆਂ ਕੋਲ ਵਾਧੂ ਹੁੰਦਾ, ਕਿਉਂਕਿ ਥਾਣੇਦਾਰ ਨਹੀਂ ਲਊ ਮੁੜਛੀ ਲੈ ਲਊ ਅਤੇ ਸਿਸਟਮ ਦੇ ਵਿੱਚ ਹੈ। ਸੋ ਸਿਸਟਮ ਨੂੰ ਨਿਖਾਰਨ ਲਈ ਆਪਾਂ ਵੱਧ ਤੋਂ ਵੱਧ ਚੰਗੀਆਂ ਪੰਚਾਇਤਾਂ ਬਣਾਈਏ, ਖਾਸ ਕਰ ਸਾਡੇ ਪੰਜਾਬ ਨੂੰ ਜ਼ਰੂਰਤ ਹੈ, ਕਿਉਂਕਿ ਇਹੋ ਜਿਹੀ ਸਟੇਟ ਹੈ ਜੋ ਤੁਸੀਂ ਇਤਿਹਾਸ ਖੋਲ ਲਓ ਕਿ ਇੱਥੇ ਜਿਹੜਾ ਵੀ ਫੈਸਲਾ ਨਾ ਉਹ ਪਿੰਡਾਂ 'ਚ ਆਰਾਮ ਨਾਲ ਹੋ ਜਾਂਦਾ ਹੁੰਦਾ ਸੀ, ਹੁਣ ਕੀ ਹੋ ਗਿਆ? ਕੀ ਗੱਲ, ਅਸੀਂ ਪੰਜਾਬੀਆਂ ਦੀ ਸੋਚ ਛੋਟੀ ਹੋ ਗਈ? ਸੋਚ ਨਹੀਂ ਛੋਟੀ ਹੋਈ, ਕੁਝ ਗਲਤ ਬੰਦੇ ਚਲਾਕ ਟਾਈਪ ਦੇ ਬੰਦੇ ਜਿਹੜੇ ਉਹਨਾਂ ਨੇ ਸਾਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਆ। ਸੋ ਹੁਣ ਬਹੁਤ ਮੈਂ ਕਹਿੰਦਾ ਵਧੀਆ ਮੌਕਾ ਕਿ ਹੁਣ ਆਪਾਂ ਚੰਗੀ ਜਿਹੜੀ ਪੰਚਾਇਤ ਬਣਾ ਲਈਏ। ਕਾਂਗਰਸ ਦਾ ਰਾਜ ਹੈ, ਕਿਉਂਕਿ ਮੈਂ ਖੁਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇਨਫੋਰਮੇਸ਼ਨ ਸੈੱਲ ਦਾ ਵਾਈਸ ਚੇਅਰਮੈਨ ਹਾਂ, ਕਿਉਂਕਿ ਮੈਨੂੰ ਪਤਾ ਹੈ ਕਿ ਹੁਣ ਅਸੀਂ ਚੰਗਾ ਕਰ ਸਕਦੇ ਹਾਂ। ਸਾਡੇ MLA ਸਾਹਿਬ ਪ੍ਰਗਟ ਸਿੰਘ ਇੱਕ ਹਾਕੀ ਦੇ ਚੰਗੇ ਸਟਾਰ ਨੇ, ਉਹ ਬੜੀ ਹੈਲਪ ਕਰ ਰਹੇ ਇਸ ਹਲਕੇ ਦੀ। ਅਮਰਜੀਤ ਸਿੰਘ ਸਮਰਾ ਸਾਹਿਬ ਮਾਰਕਫੈਡ ਦੇ ਚੇਅਰਮੈਨ ਨੇ, ਮਿਨਿਸਟਰ ਰਹੇ ਨੇ, ਬੜੀ ਹੈਲਪ ਕਰ ਰਹੇ ਆ। ਸੋ ਸਾਰੇ ਪੰਜਾਬ ਨੂੰ ਅਪੀਲ ਹੈ ਕਿ ਆਪਾਂ ਪੰਜਾਬ ਦੀਆਂ ਸਾਰੀਆਂ ਪੰਚਾਇਤੀਆਂ ਜਿਹੜੀਆਂ ਕਾਂਗਰਸ ਦੀਆਂ ਬਣਾਈਏ, ਤਾਂ ਕਿ ਇੱਕ ਚੰਗਾ ਸਿਸਟਮ ਚਲਾ ਸਕੀਏ, ਪੜ੍ਹੇ ਲਿਖੇ ਸਰਪੰਚਾਂ ਪੰਚਾਂ ਨੂੰ ਵੋਟਾਂ ਪਾਈਏ, ਆਪੇ ਚੇਂਜ ਆਜੂ, ਯਾਰ ਬਦਲਾਅ ਅਸੀਂ ਲਿਆਉਣਾ। ਹਾਂਜੀ, ਸਭ ਤੋਂ ਪਹਿਲਾਂ ਮੈਂ ਆਪਣੇ ਨਗਰ ਨਿਵਾਸੀਆਂ ਦਾ ਆਪਣੇ ਵੱਲੋਂ ਅਤੇ ਆਪਣੀ ਟੀਮ ਵੱਲੋਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ। ਮੇਰਾ ਨਾਮ ਜਸਵੰਤ ਸਿੰਘ ਪਵਿਆਲ, ਪਿੰਡ ਸਮਰਾਏ ਦੇ ਵਿੱਚੋਂ ਉਮੀਦਵਾਰ ਸਰਪੰਚੀ 'ਤੇ ਮੈਨੂੰ ਸਾਡੀ ਪਾਰਟੀ ਨੇ ਸੇਵਾ ਦਾ ਮੌਕਾ ਬਖਸ਼ਿਆ। ਮੈਂ ਸੇਵਾ ਕਰਨ ਵਾਸਤੇ ਅੱਜ, ਜੋ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਚੋਣ ਦੰਗਲ ਜੋ ਭੱਖ ਚੁੱਕਿਆ ਹੈ, 30 ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਹਨ, ਉਸ ਦੇ ਵਿੱਚ ਸਾਡੇ ਪਿੰਡ ਦੇ ਪੰਚਾਇਤ ਪਹਿਲੀ ਪੰਚਾਇਤ ਵੀ ਮੌਜੂਦ ਹੈ ਔਰ ਜੋ ਨਵੇਂ ਕੈਂਡੀਡੇਟ ਹਨ ਉਹ ਵੀ, ਔਰ ਪਿੰਡ ਦੇ ਸਾਡੇ ਬਹੁਤ ਵੱਡੀ ਤਾਦਾਦ ਦੇ ਨਾਲ ਜੋ ਸਾਡੀਆਂ ਮਾਤਾਵਾਂ ਭੈਣਾਂ
ਅਤੇ ਬਜ਼ੁਰਗ ਨੌਜਵਾਨ ਸਾਡੇ ਸਾਥੀ ਉਹ ਵੀ ਇੱਥੇ ਆ ਕੇ ਸਾਰੇ ਬੈਠੇ ਹਨ ਜੋ ਕਿ ਆਪ ਜੀ ਨੂੰ ਪਤਾ ਹੈ ਕਿ ਜੋ ਚੋਣ ਸ਼ਾਨ ਸਾਡਾ ਫਟੂਲ ਹੈ ਸਰਪੰਚੀ ਦਾ ਜਿੰਨੇ ਮੈਂਬਰ ਹਨ ਉਹਨਾਂ ਦਾ ਮੇਜ਼ ਹੈ ਚੋਣ ਸ਼ਾਨ ਸੋ ਮੈਂ ਨਗਰ ਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਿਤੇ ਗਲਤ ਪਾਸੇ ਵੋਟ ਨਾ ਪਾ ਦਿਓ ਪਹਿਲਾਂ ਵੀ ਪਹਿਲਾਂ ਜੋ ਕਿ ਪਹਿਲਾਂ ਸਰਕਾਰ ਅਕਾਲੀ ਦਲ ਦੀ ਸੀ ਔਰ ਜਿਹੜੀ ਪੰਚਾਇਤ ਸੀ ਉਹ ਕਾਂਗਰਸ ਦੀ ਸੀ ਇਸ ਕਰਕੇ ਸਾਡੇ ਪਿੰਡ ਨੂੰ ਇਹਨਾਂ ਨੇ ਕੋਈ ਵੀ ਐਸਾ ਗ੍ਰਾਂਟ ਨਹੀਂ ਦਿੱਤੀ ਵੀ ਜਿਸ ਦੇ ਨਾਲ ਪਿੰਡ ਦਾ ਕੋਈ ਵਿਕਾਸ ਹੋ ਸਕੇ ਇਸ ਕਰਕੇ ਹੁਣ ਸਰਕਾਰ ਜਿਹੜੀ ਹੈ ਉਹ ਕਾਂਗਰਸ ਹੀ ਹੈ ਉੱਪਰ ਅਤੇ ਪੰਚਾਇਤ ਵੀ ਤੁਸੀਂ ਇਹੋ ਜਿਹੀ ਜਿਹੜੀ ਬਹੁਤ ਵਧੀਆ ਚੁਣ ਕੇ ਭੇਜਣੀ ਹੈ ਉਹਦੇ ਨੁਮਾਇੰਦੇ ਵੀ ਬਹੁਤ ਵਧੀਆ ਸਮਰਾ ਸਾਹਿਬ ਦੀ ਰਹਿਮ ਨਾਜ ਦੇ ਹੇਠ ਇਹ ਤੈਅ ਕੀਤੇ ਗਏ ਹਨ ਕਿ ਕਿਹੜੇ ਕਿਹੜੇ ਪੰਚ ਪਿੰਡ ਦੇ ਵਿੱਚ ਕੰਮ ਕਰ ਸਕਦੇ ਹਨ ਇਸ ਕਰਕੇ ਮੈਂ ਨਗਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਜਿਵੇਂ ਕਿ ਇਹਨਾਂ ਨੇ ਇੱਕ ਬਹੁਤ ਰੌਲਾ ਪਿੰਡ ਦੇ ਵਿੱਚ ਪਾਇਆ ਕਿ ਸਰਪੰਚ ਨੂੰ ਪੰਚਾਇਤ ਨੂੰ ਇਹ ਪਹਿਲੀ ਪੰਚਾਇਤ ਨੂੰ 25 ਲੱਖ ਦੀ ਗ੍ਰਾਂਟ ਆਈ ਮੈਂ ਬਿਲਕੁਲ ਕਹਿੰਦਾ 25 ਲੱਖ ਦੀ ਗ੍ਰਾਂਟ ਆਈ ਆ ਉਹਦੇ ਵਿੱਚੋਂ ਜੋ ਕਿ 7 ਲੱਖ ਰੁਪਈਆ ਪਿੰਡ ਦੇ ਨਾਲੇ ਵਾਸਤੇ ਅਤੇ ਬਾਕੀ ਜਿਹੜਾ ਹੈ ਉਹ ਅਕਾਲੀਆਂ ਦੇ ਰਾਸਤਿਆਂ ਵਾਸਤੇ ਹੀ ਆਇਆ ਹੈ ਨਾ ਕਿ ਉਹ ਪਿੰਡ ਦੀ ਭਲਾਈ ਵਾਸਤੇ ਕੋਈ ਪੈਸਾ ਨਹੀਂ ਆਇਆ ਜਦੋਂ ਮਰਜ਼ੀ ਸਾਡੇ ਕੋਲ ਫਾਰਮ ਲੈ ਸਕਦੇ ਹਨ ਆਰ ਟੀ ਆਈ ਥਰੂ ਵੀ ਆਪ ਕੋਈ ਵੀ ਪਿੰਡ ਦਾ ਜੋ ਵੀ ਨੁਮਾਇੰਦਾ ਹੈ ਉਹ ਆਪਣੀ ਰਿਪੋਰਟ ਲੈ ਸਕਦਾ ਹੈ ਜ਼ਿਆਦਾ ਅਪਡੇਟ ਕੇ ਲਈ ਹਮਾਰੇ ਯੂਟਿਊਬ ਚੈਨਲ ਮਾਨ ਪੰਜਾਬ ਦਾ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਦਬਾਏ।